ਸਾਡੇ ਸਾਥੀ ਮੋਰਚੇ ਦੀ ਭੇਟ ਚੜ ਗਏ। ਅਜੇ ਪਤਾ ਨਹੀਂ ਕਿੰਨੇ ਸੈਂਕੜੇ ਲੋਕ ਕੁਰਬਾਨੀਆਂ ਚੜਨਗੇ, ਪਰ ਸਾਨੂੰ ਅੱਜ ਗੁਰੂ ਗੋਬਿੰਦ ਸਿੰਘ ਦੇ ਯੁੱਧ ਵੱਲ ਵੇਖਣਾ ਚਾਹੀਦਾ। ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਚੋਂ, ਇਹ ਪ੍ਰਸੰਗ ਤੇ ਬਹੁਤ ਵੱਡਾ ਵਾ, ਮੈਂ ਇਸ਼ਾਰੇ ਨਾਲ ਦੱਸਣਾ ਚਾਹੁੰਦਾ, ਨਿਕਲੇ ਪਰਿਵਾਰ ਵਿਛੜ ਗਿਆ, ਦੁਬਾਰਾ ਯੁੱਧ ਨੂੰ ਸ਼ੁਰੂ ਕੀਤਾ। ਅਸੀਂ ਤੇ ਜਾਰੋ ਇੱਥੇ ਬੈਠੇ ਹਾਂ, ਕੋਈ ਸਾਡਾ ਪਰਿਵਾਰ ਨਹੀਂ ਵਿਛੜਿਆ। ਐਵੇਂ ਹੀ ਤੁਹਾਡੇ ਮਨਾਂ 'ਚ ਪਤਾ ਨਹੀਂ ਕੀ ਗੱਲ ਆ ਗਈ ਆ, ਇਸ ਮੋਰਚੇ ਦੀ ਚੜ੍ਹਦੀ ਕਲਾ 'ਚ ਲਈ ਸਾਨੂੰ ਉਹਦੇ ਤੋਂ ਊਰਜਾ ਲੈਣੀ ਚਾਹੀਦੀ। ਗੁਰੂ ਗੋਬਿੰਦ ਸਿੰਘ ਨੇ ਕਿਸ ਤਰ੍ਹਾਂ ਲੋਕਾਂ ਨੂੰ ਮੁੜ ਕੇ ਇਕੱਠਿਆਂ ਕੀਤਾ, ਮਾਈ ਭਾਗੋ ਨੇ ਕਿਸ ਤਰ੍ਹਾਂ ਮਗਰ ਮੁੜ ਕੇ ਜਿਹੜੇ ਬਦਾਵਾ ਦੇ ਕੇ ਗਏ ਸੀ ਉਹ ਕਿਤਨਾ ਲਿਆਂਦੇ। ਕੱਲ੍ਹ ਅਸੀਂ ਖਲੋਤੇ ਸਾਂ, ਪਿਛਲੇ ਬੰਨੇ ਹਰਿਆਣੇ ਦੀਆਂ ਬੀਬੀਆਂ ਕੀ ਕਹਿ ਰਹੀ ਸੀ, ਵੇ ਵੀਰੋ ਮੁੜ ਕੇ ਆ ਜਿਓ, ਵੇ ਵੀਰੋ ਮੁੜ ਕੇ ਆ ਜਿਓ, ਵੇ ਵੀਰੋ ਮੁੜ ਕੇ ਆ ਜਿਓ। ਭਾਵ ਸੀ, ਕਿੰਨੀ ਭਾਵਨਾ ਸੀ ਉਹਨਾਂ ਦੀ ਆਪਣੇ ਭਰਾਵਾਂ ਨੂੰ, ਵੀ ਇਸ ਮੋਰਚੇ ਨੂੰ ਉਤਰਾ ਹੀ ਆਪਾਂ ਚੜ੍ਹਦੀ ਕਲਾ 'ਚ ਰੱਖਣਾ ਜਿਸ ਤਰ੍ਹਾਂ ਅਸੀਂ ਇਹਨੂੰ ਲੈ ਕੇ ਤੁਰੇ ਸਾਂ। ਸੋ ਸਰਕਾਰਾਂ ਦੀਆਂ ਇਸ ਮੋਰਚੇ ਨੂੰ ਢਾਹ ਲਾਉਣ ਲਈ, ਇਸ ਮੋਰਚੇ 'ਚ ਪਾੜ ਪਾਉਣ ਲਈ ਤੁਹਾਡੇ ਸਾਹਮਣੇ ਬਿਲਕੁਲ ਨਕਸ਼ਾ ਸਾਫ਼ ਹੋ ਗਿਆ। ਵੇਖੋ, ਲਾਲ ਕਿਲ੍ਹੇ ਦੇ ਆਲੇ ਦੁਆਲੇ ਪੁਲਿਸ, ਅੱਗੇ ਪੁਲਿਸ, ਪਿੱਛੇ ਪੁਲਿਸ, ਉੱਥੇ 24 ਘੰਟੇ ਪਹਿਰਾ ਰਹਿੰਦਾ ਜਿਹੜਾ ਤਿਰੰਗਾ। 15 ਅਗਸਤ ਦੀ ਰਾਤ ਨੂੰ, ਅੱਧੀ ਰਾਤੇ ਜਦੋਂ ਆਜ਼ਾਦੀ ਮਿਲੀ, ਅੰਗਰੇਜ਼ਾਂ ਨੂੰ ਬਾਹਰ ਕੱਢਿਆ ਬੜੀਆਂ ਕੁਰਬਾਨੀਆਂ ਕਰਕੇ, ਉਹ ਜਿਹੜਾ ਝੰਡਾ ਚਲਾਇਆ ਉਹਦੀ ਰਾਖੀ ਲਗਾਤਾਰ ਹੀ ਪੁਲਿਸ ਉੱਥੇ ਕਰਦੀ ਆ। ਪਰ ਵੇਖਿਆ ਕਿ ਰਾਤ ਨੂੰ ਇੱਕ ਬੜੀ ਡੂੰਘੀ ਚਾਲ ਦੇ ਨਾਲ ਪਹਿਲਾਂ ਹੀ ਉਹਦੇ 'ਚ 150-200 ਬੰਦੇ ਉਹਦੇ 'ਚ ਵਾੜ ਦਿੱਤੇ ਮੋਦੀ ਸਰਕਾਰ ਨੇ। ਮੋਦੀ ਸਰਕਾਰ ਦਾ ਜਿਹੜਾ ਲਪਟੈਣ ਆ ਅਮਿਤ ਸ਼ਾਹ ਨੇ, ਉਹ ਵਾੜ ਕੇ ਉਹਨਾਂ ਨੂੰ ਰਸਤਾ ਦਿੱਤਾ। ਮੈਂ ਦੌਰ ਨਹੀਂ ਪਾਉਂਦਾ, ਬਹੁਤ ਕੱਲ੍ਹ ਦੇ ਸਾਥੀ ਸਾਡੇ ਕਹਿ ਗਏ। ਇਹਦੇ ਵਿੱਚ ਰਾਜੇਵਾਲ, ਕੁਲਵੰਤ ਸਿੰਘ, ਬਾਕੀ ਸਾਰੇ ਇਹਦੇ ਉੱਤੇ, ਰਜਿੰਦਰ ਸੋਣੀ, ਮੈਂ ਦੋਹਰਾ ਨਹੀਂ ਪਾਉਣਾ ਚਾਹੁੰਦਾ। ਉਹਦੇ 23 ਟਰੈਕਟਰ, 2 ਟਰੈਕਟਰ ਕਿਸੇ ਗਲੀ ਦੇ ਬਾਜ਼ਾਰ 'ਚੋਂ ਲੰਘ ਜਾਣ ਅਤੇ ਸਾਰੇ ਬਾਜ਼ਾਰ ਵਾਲਿਆਂ ਨੂੰ ਪਤਾ ਲੱਗ ਜਾਂਦਾ। 23 ਟਰੈਕਟਰ ਚਲੇ ਗਏ, 150-200 ਉਹਦੇ 'ਚ ਹੋਰ ਲੋਕ ਵੜ ਗਏ। 4 ਘੰਟੇ ਨੰਗਾ ਨਾਚ ਹੋਇਆ, 4 ਘੰਟੇ ਦੁਨੀਆ ਦੇ ਵਿੱਚ ਇੱਕ ਐਸਾ ਕਾਲਾ ਦਿਨ ਬਣਾ ਦਿੱਤਾ ਮੋਦੀ ਦੀ ਸਰਕਾਰ, ਅਮਿਤ ਸ਼ਾਹ ਨੇ, ਜਿਹੜਾ ਗ੍ਰਹਿ ਮੰਤਰੀ ਆ। ਕੀਤਾ ਕਿਉਂ ਆ? ਕਿਉਂਕਿ ਇਸ ਮੋਰਚੇ ਦੀਆਂ ਗੂੰਜਾਂ ਇੰਗਲੈਂਡ ਵਿੱਚ, ਇਸ ਮੋਰਚੇ ਦੀਆਂ ਗੂੰਜਾਂ ਕੈਲੀਫੋਰਨੀਆ 'ਚ, ਇਹਦੀਆਂ ਵਾਸ਼ਿੰਗਟਨ ਵਿੱਚ, ਇਹਦੀਆਂ ਆਸਟ੍ਰੇਲੀਆ 'ਚ, ਇਹਦਾ ਸਾਰੀ ਦੁਨੀਆ ਦੇ ਵਿੱਚ ਜਿੱਥੇ